हेलो दोस्तों, वेलकम टू न्यूट्रिशन 99। दोस्तों स्वागत है तुहाडा न्यूट्रिशन 99 च। आज एक नवी वीडियो तुहाडे लिए लैके आए हैं। एक बहुत ही फेमस टॉपिक है यानी कि विटामिन ई। विटामिन ई जिदा कि तुहानू पता है एक फैट सल्यूबल विटामिन है। विटामिन दो तरह के होंगे, एक वाटर सल्यूबल एक फैट सल्यूबल। जिंदा विटामिन ई एक फैट सल्यूबल विटामिन है कि जो असं फैट कंज्यूम करते हैं फिर सानू विटामिन ई मिलता है। विटामिन ई एक बहुत ही वधिया एंटीऑक्सीडेंट भी है जो कि सानू कई बीमारियों तो लड़न लई ते सानू फ्री रेडिकल्स तो बचांदा है। हुण अगे असीं इहदी गल करांगे कि विटामिन ई दे की बेनीफिट है, इहदी डोज़ किन्नी होनी चाहिए, इहदे साइड इफेक्ट ते विटामिन ई दा एक बहुत ही फेमस सप्लीमेंट है एवियन 400, उह किदां यूज़ करना है ते उहदे की बेनीफिट है। जे इहदे बेनीफिट्स दी गल करिए तां इह तो सब तो वधिया फस्ट बेनीफिट है कि यह साडा कोलेस्ट्रॉल लैवल नूं मेनटेन करन च हैल्प करता है। दूसरा इहदा बेनीफिट है कि यह साडे ब्लड की लिक्विडिटी उहनूं मेनटेन करता है। तीसरा बेनीफिट है कि साडे जो हथ पैर सुन्न हुंदे है, कई तुसीं देखिया होना कि असीं बैठे बैठे साडे हथ पैर सुन्न होण लग पैंदे है, उह नहीं होण दिंदा। चौथा इहदा बेनीफिट है कि इहदी साडी स्किन दे लई बहुत ही ज़्यादा बेनीफिशियल है। ਤੁਹਾਡੀ ਸਕਿਨ ਦੇ ਜੋ ਸਟ੍ਰੈਚ ਮਾਰਕਸ ਹੈ ਉਹਨਾਂ ਨੂੰ ਰਿਮੂਵ ਕਰਦਾ ਹੈ, ਐਕਨੇ ਮਾਰਕਸ ਹੈ ਉਹਨਾਂ ਨੂੰ ਰਿਮੂਵ ਕਰਦਾ ਹੈ, ਤੁਹਾਡੀ ਸਕਿਨ ਨੂੰ ਗਲੋਇੰਗ ਕਰਦਾ ਹੈ। ਇਹ ਸਾਰੇ ਬੈਨੀਫਿਟ ਹੈ ਵਿਟਾਮਿਨ ਈ ਦੇ। ਪੰਜਵਾਂ ਬੈਨੀਫਿਟ ਹੈ ਕਿ ਇਹ ਤੁਹਾਡੇ ਹੇਅਰਸ ਦੇ ਲਈ ਵੀ ਬਹੁਤ ਹੀ ਵਧੀਆ ਹੈ। ਤੁਹਾਡੇ ਹੇਅਰਸ ਨੂੰ ਹੇਅਰਸ ਨੂੰ ਥਿੱਕ ਕਰਨ 'ਚ, ਮਤਲਬ ਕਿ ਮੋਟੇ ਕਰਨ 'ਚ, ਘਨੇ ਕਰਨ 'ਚ ਵਾਲਾਂ ਨੂੰ ਬਹੁਤ ਹੀ ਹੈਲਪਫੁਲ ਹੈ। ਛੇਵਾਂ ਬੈਨੀਫਿਟ ਹੈ ਕਿ ਇਹ ਤੁਹਾਡੀ ਆਈ ਵਿਜ਼ਨ ਦੇ ਲਈ ਵੀ ਹੈਲਪਫੁਲ ਹੋ ਸਕਦਾ ਹੈ। ਜੇ ਇਹਦੇ ਅਸੀਂ ਡੋਜ਼ ਦੀ ਗੱਲ ਕਰੀਏ ਤਾਂ 15 mg ਇੱਕ ਅਡਲਟ ਦੇ ਲਈ ਬਹੁਤ ਹੀ ਸਹੀ ਡੋਜ਼ ਹੈ ਇਹਦੀ। ਜੇ ਕੋਈ ਕਿਡਸ ਦੀ ਗੱਲ ਕਰੀਏ ਤਾਂ ਕਿਡਸ ਇਹਦੀ 4-6 mg ਦੀ ਡੋਜ਼ ਐਪਰੋਪ੍ਰੀਏਟ ਡੋਜ਼ ਹੈ ਇਹਦੀ। ਹੁਣ ਅਸੀਂ ਜੇ ਵਿਟਾਮਿਨ ਈ ਦੇ ਸੋਰਸ ਦੀ ਗੱਲ ਕਰੀਏ ਤਾਂ ਸਾਨੂੰ ਕਈ ਚੀਜ਼ਾਂ ਤੋਂ ਇਹ ਮਿਲ ਜਾਂਦਾ ਹੈ। ਜੇ ਇਹਦੇ ਸਪਲੀਮੈਂਟ ਦੀ ਗੱਲ ਕਰੀਏ, ਏਵੀਓਨ 400 ਬਹੁਤ ਹੀ ਫੇਮਸ ਸਪਲੀਮੈਂਟ ਹੈ। ਜਿੱਦਾਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹ 20 rupees ਦਾ ਮਿਲ ਜਾਂਦਾ ਹੈ। 25 rupees ਦੀ MRP ਹੈ, 24-25 rupees, 20 rupees ਦਾ ਬਹੁਤ ਈਜ਼ੀਲੀ ਮਾਰਕੀਟ 'ਚ ਤੁਹਾਨੂੰ ਕਿਸੇ ਵੀ ਫਾਰਮਾਸਿਊਟੀਕਲ ਤੋਂ ਮਿਲ ਜਾਣਾ। ਏਵੀਓਨ 200 ਵੀ ਅਵੇਲੇਬਲ ਹੈ, 400 ਵੀ, 600 ਵੀ, ਬਟ ਏਵੀਓਨ 400 ਹੀ ਮੈਕਸੀਮਮ ਯੂਜ਼ 'ਚ ਲਿਆਇਆ ਜਾਂਦਾ ਹੈ। ਬਟ ਏਵੀਓਨ 400 ਕਿਉਂ? ਸਾਨੂੰ ਤਾਂ 15 mg ਦੀ ਲੋੜ ਹੈ, ਬਟ ਏਵੀਓਨ 400 ਇਸ ਲਈ ਯੂਜ਼ ਕੀਤਾ ਜਾਂਦਾ ਕਿਉਂਕਿ ਕਈ ਲੋਕ ਇਹਨੂੰ ਸਕਿਨ ਦੇ ਲਈ ਵੀ ਯੂਜ਼ ਕਰਦੇ ਆ, ਬਟ ਇੱਕ ਓਵਰਡੋਜ਼ ਦੀ ਵੀ ਲਿਮਿਟ ਹੁੰਦੀ ਹੈ। ਜੇ ਤੁਸੀਂ ਕੰਜ਼ਿਊਮ ਕਰਨਾ ਚਾਹੁੰਦੇ ਹੋ ਤਾਂ ਇਹ 1200 mg ਤੱਕ ਓਵਰਡੋਜ਼ ਇਹਦੀ ਕਰ ਸਕਦੇ ਹੋ ਅਕੋਰਡਿੰਗ ਟੂ ਸਟੱਡੀਜ਼। ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਰਿਸਰਚ ਕਹਿ ਰਹੀ ਹੈ ਕਿ ਵਿਟਾਮਿਨ ਈ ਤੁਸੀਂ ਓਵਰਡੋਜ਼ ਕਰ ਸਕਦੇ ਹੋ, ਬਟ ਰੋਜ਼ ਨਹੀਂ, ਹਫ਼ਤੇ 'ਚ ਇੱਕ ਵਾਰ। ਹੁਣ ਜੇ ਇਹਦੇ ਅਸੀਂ ਸਾਈਡ ਇਫੈਕਟ ਦੀ ਗੱਲ ਕਰੀਏ ਤਾਂ ਇਹਦੇ ਥੋੜ੍ਹੇ ਜਿਹੇ ਸਾਈਡ ਇਫੈਕਟ ਵੀ ਹੈ, ਜਿੱਦਾਂ ਕਿ ਇਹਦੇ ਕਮੀ ਦੇ ਨਾਲ ਸਾਨੂੰ ਡਾਇਰੀਆ ਹੋ ਸਕਦਾ ਹੈ, ਸਾਡੀ ਸਕਿਨ ਡਰਾਈ ਹੋ ਸਕਦੀ ਹੈ, ਕਈ ਸਕਿਨ ਦੀਆਂ ਪ੍ਰੋਬਲਮ ਹੋ ਸਕਦੀ ਹੈ, ਜਿੱਦਾਂ ਕਿ ਐਕਨੇ ਮਾਰਕਸ ਵਗੈਰਾ ਹੋ ਸਕਦੇ ਆ, ਸਕਿਨ ਰੈਸ਼ਿਸ਼ ਹੋ ਸਕਦੇ ਆ, ਠੀਕ ਹੈ, ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹੈ, ਠੀਕ ਹੈ, ਪੇਟ ਦਰਦ ਹੋਣਾ ਹੋ ਸਕਦਾ ਹੈ। ਜੇ ਇਹਦੀ ਓਵਰਡੋਜ਼ ਹੋ ਜਾਵੇ ਤਾਂ ਉਹਦੇ ਨਾਲ ਸਾਨੂੰ ਕੀ ਹੁੰਦਾ ਹੈ, ਜੇ ਅਸੀਂ ਇਹਦੀ ਓਵਰਡੋਜ਼ ਲੈਣੀ ਸ਼ੁਰੂ ਕਰ ਦਈਏ ਤਾਂ ਸਾਡੀ ਇਹ ਕਿਉਂ, ਜਿੱਦਾਂ ਤੁਹਾਨੂੰ ਪਤਾ ਹੈ ਫੈਟ ਸਲਿਬਲ ਵਿਟਾਮਿਨ ਹੈ ਤਾਂ ਸਾਨੂੰ ਫੈਟ ਜ਼ਿਆਦਾ ਆਉਣ ਲੱਗ ਪੈਗੀ, ਠੀਕ ਹੈ, ਡਾਇਰੀਆ ਹੋ ਸਕਦਾ ਹੈ, ਇਹ ਇਹਦੇ ਓਵਰਡੋਜ਼ ਨਾਲ ਸਾਈਡ ਇਫੈਕਟ ਹੈ। ਹੁਣ ਜੇ ਅਸੀਂ ਗੱਲ ਕਰੀਏ ਕਿ ਵਿਟਾਮਿਨ ਈ ਦੇ ਕੈਪਸੂਲ ਏਵੀਓਨ 400 ਕੰਜ਼ਿਊਮ ਕਿੱਦਾਂ ਕਰਨਾ ਹੈ, ਜੇ ਤੁਸੀਂ ਓਰਲ ਕੰਜ਼ਿਊਮ ਕਰਨਾ ਹੈ ਤਾਂ ਹਫ਼ਤੇ 'ਚ ਸਿਰਫ 2 ਕੈਪਸੂਲ ਤੁਸੀਂ ਕੰਜ਼ਿਊਮ ਕਰ ਸਕਦੇ ਹੋ, ਹਫ਼ਤੇ 'ਚ 2 times। ਅਤੇ ਜੇ ਤੁਸੀਂ ਸਕਿਨ ਜਾਂ ਹੇਅਰਸ ਦੇ ਲਈ ਕਰਨਾ ਹੈ ਤਾਂ ਉਹਦੇ ਤੋਂ ਪਹਿਲਾਂ, ਜੇ ਸਕਿਨ 'ਤੇ ਯੂਜ਼ ਕਰਨਾ ਹੈ ਤਾਂ ਸਕਿਨ ਦੇ ਲਈ ਮੈਂ ਨੈਕਸਟ ਵੀਡੀਓ ਬਣਾਊਂਗਾ ਕਿ ਸਕਿਨ 'ਤੇ ਤੁਸੀਂ ਕਿੱਦਾਂ ਯੂਜ਼ ਕਰਨਾ ਹੈ ਇਹਨੂੰ। ਅਤੇ ਉਹਦੇ ਤੋਂ ਪਹਿਲਾਂ ਤੁਸੀਂ ਇੱਕ ਐਲਰਜੀ ਟੈਸਟ ਜ਼ਰੂਰ ਕਰਨਾ ਹੈ। ਪਹਿਲਾਂ ਇਹਦੇ 'ਚ ਇੱਕ ਜੈਲ ਫੋਮ ਦਾ ਲਿਕੁਇਡ ਹੋਣਾ, ਉਹਨੂੰ ਪਹਿਲਾਂ ਤੁਸੀਂ ਕੱਢਣਾ ਹੈ, ਆਪਣੇ ਫਿੰਗਰ ਦੇ ਉੱਤੇ ਰੱਖਣਾ ਹੈ ਅਤੇ ਆਪਣੇ ਏਅਰ ਕੰਨ ਦੇ ਪਿੱਛੇ ਥੋੜ੍ਹਾ ਜਿਹਾ ਲਗਾ ਕੇ ਇੱਕ ਐਲਰਜੀ ਟੈਸਟ ਕਰਨਾ ਹੈ, ਉਹਨੂੰ 15-20 minutes ਤੱਕ ਲੱਗੇ ਰਹਿਣ ਦੇਣਾ ਹੈ। ਜੇ ਤੁਹਾਨੂੰ ਕੋਈ ਰੈਡਿਸ਼ ਨਹੀਂ ਫੀਲ ਹੁੰਦਾ, ਤੁਹਾਨੂੰ ਮਤਲਬ ਕਿ ਕੁਛ ਐਲਰਜੀ ਟਾਈਪ ਨਹੀਂ ਫੀਲ ਹੁੰਦਾ, ਫਿਰ ਤਾਂ ਤੁਸੀਂ ਯੂਜ਼ ਕਰ ਸਕਦੇ ਹੋ। ਜੇ ਐਲਰਜੀ ਹੁੰਦੀ ਹੈ ਫਿਰ ਤੁਸੀਂ ਇਹਨੂੰ ਅਵੋਇਡ ਕਰੋ, ਨਾ ਯੂਜ਼ ਕਰੋ। ਇਸ ਲਈ ਪਹਿਲਾਂ ਇਹਦਾ ਐਲਰਜੀ ਟੈਸਟ ਕਰੋ, ਫਿਰ ਹੀ ਯੂਜ਼ ਕਰੋ। ਅਤੇ ਇਹ ਸੀ ਸਾਰਾ ਵਿਟਾਮਿਨ ਈ ਦੇ ਬਾਰੇ, ਏਵੀਓਨ ਕੈਪਸੂਲ 400 ਦੇ ਬਾਰੇ। ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰੋ, ਫਰੈਂਡਸ ਦੇ ਨਾਲ ਸ਼ੇਅਰ ਕਰੋ।
थैंक यू सो मच।